ਸੋਨਾਲੀਕਾ ਮੂੰਹ ਸਿਰੇ ਸਾਰੇ ਮਾਰਨ ਪੈਂਦੇ ਪੈਂਦੇ ਇਹ ਮਾਰਨ ਪੈਂਦੇ ਕਦੀ ਖੰਡੇ ਚਲਾ ਰਹੇ ਕਦੀ ਸਕੂਲ ਮਾਰੇ 100 ਬੰਦਾ ਸੀ 4 ਬੰਦੇ ਅਸੀਂ ਉਹਦੇ 2-3 ਮੁੰਡੇ ਉਹਦਾ ਉਹ ਵੀ ਮਹਿਕਮੇ ਵਾਲੇ ਮੁੰਡੇ ਮਹਿਕਮੇ ਵਾਲੇ ਮੁੰਡੇ ਉਹ ਜਿਹੜੇ ਨਾਲ ਕੰਮ ਕਰਦੇ ਨਾ ਉਹ ਮੁੰਡੇ ਨਾਲ ਇਹਨਾਂ ਨੇ ਨਾਲੇ ਮੁੰਡਾ ਮਾਰ ਵੀ ਲਿਆ ਨਾਲੇ ਪੁਲਿਸ ਵੀ ਮੰਗਾ ਕੇ ਸੱਚੇ ਵੀ ਬਣ ਗਏ ਦੇਖੋ ਜੀ ਕਿੰਨਾ ਤੂੰ ਕੁਛ ਨੀ ਕੀਤਾ ਮੈਂ ਦੱਸੋ ਮੈਂ ਕੀ ਕੀਤਾ ਤੂੰ ਹੀ ਕੀ ਕੀਤਾ ਮੈਨੂੰ ਤਾਂ ਜੇ ਉਹ ਜੇ ਤੁਸੀਂ ਤੁਸੀਂ ਧੁੰਦ ਤਾਂ ਤੁਹਾਨੂੰ ਹੁਣ ਕੁਛ ਨੀ ਕਹਿਣਾ ਹੁਸ਼ਿਆਰਪੁਰ ਦਾ ਸਰਕਾਰੀ ਹਸਪੀਟਲ ਉਸ ਵੇਲੇ ਜੰਗ ਦਾ ਮੈਦਾਨ ਬਣਿਆ ਜਦੋਂ ਨੌਜਵਾਨਾਂ ਦੇ 2 ਗੁੱਟਾਂ ਦੇ ਵਿਚਕਾਰ ਇੱਥੇ ਲੜਾਈ ਹੋਈ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਆਏ ਦਿਨ ਇਸ ਹਸਪੀਟਲ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਹਾਲਾਂਕਿ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਕੁੱਲ ਮਿਲਾ ਕੇ 4-5 ਨੌਜਵਾਨ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਜਦੋਂ ਇਹ ਲੜਾਈ ਹੋਈ ਤਾਂ ਐਂਬੂਲੈਂਸ ਤੇ ਡਰਾਈਵਰ ਵੀ ਮੌਕੇ ਤੇ ਮੌਜੂਦ ਸੀ, ਜਿਨ੍ਹਾਂ ਦੇ ਵੱਲੋਂ ਦੋਵੇਂ ਧਿਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸ ਧਿਰ ਦਾ ਕਸੂਰ ਸੀ ਇਸ ਬਾਰੇ ਨਹੀਂ ਪਤਾ ਲੱਗਾ, ਪਰ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਇੱਥੇ ਕਾਬੂ ਕੀਤਾ ਗਿਆ। ਖੂਨੀ ਝੜਪ ਹੋਈ ਹੈ, 4 ਨੌਜਵਾਨ ਜ਼ਖਮੀ ਹੋਏ ਨੇ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ। ਉਹਦਾ ਮੂੰਹ ਸਿਰੇ ਸਾਰੇ ਮਾਰਨ ਪੈਂਦੇ ਪੈਂਦੇ ਇਹ ਮਾਰਨ ਪੈਂਦੇ ਕਦੀ ਖੰਡੇ ਚਲਾ ਰਹੇ ਕਦੀ ਸਕੂਲ ਮਾਰੇ। 100 ਬੰਦਾ ਸੀ, 4 ਬੰਦੇ ਅਸੀਂ ਉਹਦੇ 2-3 ਮੁੰਡੇ ਉਹਦਾ ਉਹ ਵੀ ਮਹਿਕਮੇ ਵਾਲੇ ਮੁੰਡੇ ਮਹਿਕਮੇ ਵਾਲੇ ਮੁੰਡੇ ਉਹਦੇ ਨਾਲ ਕੰਮ ਕਰਦੇ ਨਾ ਉਹ ਮੁੰਡੇ ਨੇ ਉਹਨਾਂ ਨਾਲ ਇਹਨਾਂ ਨੇ ਨਾਲੇ ਮੁੰਡਾ ਮਾਰ ਵੀ ਲਿਆ ਨਾਲੇ ਪੁਲਿਸ ਵੀ ਮੰਗਾ ਕੇ ਸੱਚੇ ਵੀ ਬਣ ਗਏ ਦੇਖੋ ਜੀ ਕਿੰਨਾ ਤੂੰ ਕੁਛ ਨੀ ਕੀਤਾ ਮੈਂ ਦੱਸੋ ਮੈਂ ਕੀ ਕੀਤਾ ਕੀ ਕੀਤਾ ਮੈਨੂੰ ਤਾਂ ਜੇ ਤੁਸੀਂ ਤੁਹਾਨੂੰ ਹੁਣ ਕੁਛ ਨੀ ਕਹਿਣਾ। ਹੁਸ਼ਿਆਰਪੁਰ ਦਾ ਸਰਕਾਰੀ ਹਸਪੀਟਲ ਉਸ ਵੇਲੇ ਜੰਗ ਦਾ ਮੈਦਾਨ ਬਣਿਆ ਜਦੋਂ ਨੌਜਵਾਨਾਂ ਦੇ 2 ਗੁੱਟਾਂ ਦੇ ਵਿਚਕਾਰ ਇੱਥੇ ਲੜਾਈ ਹੋਈ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਆਏ ਦਿਨ ਇਸ ਹਸਪੀਟਲ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਹਾਲਾਂਕਿ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਕੁੱਲ ਮਿਲਾ ਕੇ 4-5 ਨੌਜਵਾਨ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਜਦੋਂ ਇਹ ਲੜਾਈ ਹੋਈ ਤਾਂ ਐਂਬੂਲੈਂਸ ਤੇ ਡਰਾਈਵਰ ਵੀ ਮੌਕੇ ਤੇ ਮੌਜੂਦ ਸੀ, ਜਿਨ੍ਹਾਂ ਦੇ ਵੱਲੋਂ ਦੋਵੇਂ ਧਿਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸ ਧਿਰ ਦਾ ਕਸੂਰ ਸੀ ਇਸ ਬਾਰੇ ਨਹੀਂ ਪਤਾ ਲੱਗਾ, ਪਰ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਇੱਥੇ ਕਾਬੂ ਕੀਤਾ ਗਿਆ। ਖੂਨੀ ਝੜਪ ਹੋਈ ਹੈ, 4 ਨੌਜਵਾਨ ਜ਼ਖਮੀ ਹੋਏ ਨੇ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ।